ਨਬੀ ਤੋ ਹਕ ਹਕ ਨਾਜ਼ ਮਿਲੇ ਆਏ ਸਹਾਬਾ ਕੁੱਲ ਨੂੰ ਇਜ਼ਾਜ਼ ਮਿਲੇ ਵਾਹ ਨਬੀ ਤੋ ਹਕ ਹਕ ਨਾਜ਼ ਮਿਲੇ ਆਏ ਸਹਾਬਾ ਕੁੱਲ ਨੂੰ ਇਜ਼ਾਜ਼ ਮਿਲੇ ਮੈਂ ਕਿਉਂ ਨਵਾਰਾਂ ਜਾਨ ਨਲੇ ਤੋ ਇਨਾਦ ਸਦਕੇ ਤ ਦੁਨੀਆ ਉੱਤੇ ਤੋਹਫਾ ਸਾਨੂੰ ਨਮਾਜ਼ ਮਿਲੇ ਅਸਲਾਮੁਅਲਿਕਮ ਨਾਜ਼ਰੀਨ YouTube ਚੈਨਲ ਨਾਲ ਮੈਂ ਅਤੀਕ ਅੱਜ ਤੁਸਾਂ ਸੁਚਿੰਦੇ ਪੈਓ ਉਸੋ ਕਿ ਯਕਦਮ ਉਰਦੂ ਤੋਂ ਰਚਨਾਵੀ ਜ਼ਬਾਨ ਜੀ ਹਾਂ ਅੱਜ ਅਸਾਂ ਆਪਣਾ ਇੱਕ ਨਵਾਂ ਸੈਗਮੈਂਟ ਸ਼ੁਰੂ ਕੀਤਾ ਜੀ ਰਚਨਾਵੀ ਜ਼ਬਾਨ ਨੂੰ ਅਸਾਂ ਪ੍ਰਮੋਟ ਕਰਨਾ ਹੈ ਤੇ ਅਸਾਂ ਇੱਕ ਸੰਗਤ ਨਾਂ ਦੇ ਆਪਣੇ ਚੈਨਲ ਦੇ ਸੈਗਮੈਂਟ ਸ਼ੁਰੂ ਕੀਤਾ ਹੈ ਔਰ ਸਾਡੀ ਇੱਕ ਖੁਸ਼ਕਿਸਮਤੀ ਹੈ ਜੀ ਕਿ ਸਾਡੇ ਡਾਇਰੈਕਟਰ ਸਾਹਿਬ ਭਾਈ ਅਜਮਲ ਵੀ ਸਾਡੇ ਨਾਲ ਮੌਜੂਦ ਹਨ ਇਹ ਵੀ ਕੁਝ ਆਪਣੇ ਖਿਆਲਾਂ ਦਾ ਇਜ਼ਹਾਰ ਕਰੇ ਸੰਤ ਦੱਸੇ ਸੰਗਤ ਬੇਸਿਕਲੀ ਹੈ ਕਿ ਔਰ ਇਸ ਸੈਗਮੈਂਟ ਦਾ ਮਕਸਦ ਕੀ ਸਲਾਮ ਅਲੈਕੁਮ ਸਰ ਵਾਅਲੈਕੁਮ ਸਲਾਮ ਜੀ ਸਰ ਦੱਸਿਆ ਹੈ ਜੀ ਕਿ ਸਾਡੇ ਇਸ ਸੈਗਮੈਂਟ ਦਾ ਮਕਸਦ ਕੀ ਤੇ ਅਸਾਂ ਇਸ ਨੂੰ ਮਜ਼ੀਦ ਕਿਵੇਂ ਅੱਗਾ ਲੈ ਕੇ ਆਉਣਾ ਹੈ ਔਰ ਇਹਦੇ ਵਿੱਚ ਕਿੱਕੇ ਪ੍ਰੋਗਰਾਮ ਸਾਡੀ ਆਡੀਅੰਸ ਨੂੰ ਵੇਖਣ ਨੂੰ ਮਿਲ ਸੇ ਇਹਦੇ ਵਿੱਚ ਸਹੀਂ ਅਸਾਂ ਜਿਹੜਾ ਨਾ ਇਸ ਪ੍ਰੋਗਰਾਮ ਦਾ ਨਾਮ ਰੱਖਿਆ ਹੈ ਸੰਗਤ ਸੰਗਤ ਵਿੱਚ ਸਾਰੇ ਪ੍ਰੋਗਰਾਮ ਹੋਸਨ ਸਾਡੇ ਇਲਾਕੇਈ ਸ਼ਾਇਰ ਹੋਸਨ ਜਿਹਦਾ ਕੋਈ ਅੱਛਾ ਟੈਲੈਂਟ ਏ ਉਸ ਨੂੰ ਅਸਾਂ ਮਤਲਬ ਦੁਨੀਆ ਦੇ ਸਾਹਮਣੇ ਆਪਣੇ ਵੀਵਰ ਦੇ ਔਰ ਸਬਸਕ੍ਰਾਈਬਰ ਦੇ ਸਾਹਮਣੇ ਲੈ ਕੇ ਆਸਾਂ ਔਰ ਇਹ ਹੀ ਨਹੀਂ ਅਗਰ ਜਿੱਥੇ ਤੱਕ ਵੀ ਲੋਕ ਸਾਨੂੰ ਸੁਣਦੇ ਪੈਨ ਅਗਰ ਉਹਨਾਂ 'ਚ ਕੋਈ ਟੈਲੈਂਟ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਮਤਲਬ ਸ਼ਾਇਰ ਕੋਈ ਹੋਵੇ ਸਾਡੇ ਨਾਲ ਰਾਬਤਾ ਕਰ ਸਨ ਅਸਾਂ ਉਹਨਾਂ ਨੂੰ ਔਨ ਕੈਮਰਾ ਲੈ ਕੇ ਥੈਂਕ ਯੂ ਸੋ ਮਚ ਸਰ ਅੱਛਾ ਜੀ ਇਸ ਸਿਲਸਿਲੇ ਦੇ ਵਿੱਚ ਅੱਜ ਅਸਾਂ ਜਿਹੜਾ ਸਾਡੀ ਇੱਕ ਮੁਸ਼ਤਰਕਾ ਕੰਟਰੀਬਿਊਸ਼ਨ ਆਈ ਉਹ ਦੇ ਵਿੱਚ ਅਸਾਂ ਅੱਜ ਇੱਕ ਸਾਡੇ ਮਕਾਮੀ ਸ਼ਾਇਰ ਹਨ ਮਾਰ ਗੁਲਾਮ ਯਾਸੀਨ ਹਰਾਜ ਸਾਹਿਬ ਮਾਸ਼ਾਅੱਲਾ ਬੜੇ ਟੈਲੈਂਟਡ ਸ਼ਾਇਰ ਹਨ ਔਰ ਕਾਫੀ ਜ਼ਹੀਨ ਸ਼ਾਇਰ ਦੇ ਨੂੰ ਤੁਸੀਂ ਆਦੇ ਹੋ ਹਰ ਕਿਸਮ ਦਾ ਮਜਮੂਆ ਚਾਹੇ ਕੋਈ ਸਾਡਾ ਦੁਖੀ ਬਿਰਾਏ ਉਹ ਮਜਮੂਆ ਹੀ ਨਾ ਕੋਲੇ ਕੋਈ ਚਾਏ ਕੋਈ ਰੋਮਾਂਟਿਕ ਵੀ ਰਾਇ ਹਰ ਕਿਸਮ ਦੇ ਮਜਮੂਏ ਹਨ ਅਸਲਾਮੁਅਲੈਕਮ ਮਾਰ ਸਾਹਿਬ ਵਾਲੇਕਮ ਸਲਾਮ ਮਾਰ ਸਾਹਿਬ ਕੀ ਹਾਲ ਹੈ ਸਭ ਖੈਰੀਅਤ ਹੈ ਠੀਕ ਹੋ ਾਲਹੁ ਇਲਾਜ ਜੀ ਸ਼ੁਕਰ ਹੈ ਲਾਹਤਾ ਜੀ ਅੱਲਾਹ ਬਾਪ ਜੀ ਮਾਰ ਸਾਹਿਬ ਸ਼ਾਇਰੀ ਹੈ ਜਪਹਿਲੇ ਮਿੰਟ ਵਿੱਚ ਦੱਸੋ ਆਵਣ ਦਾ ਸ਼ੌਕ ਕਿਵੇਂ ਪੈਦਾ ਹੋਇਆ ਸਰ ਕੇ ਬਚਪਨ ਤੋਂ ਸ਼ੌਕ ਆ ਕੁਝ ਖਿਆਲਤ ਲੋਗਾਂ ਦੇ ਮਾਹੌਲੇ ਦੀ ਕਾਸੀ ਔਰ ਅਲਹੰਦੁਲਿਲਾ ਕੁਝ ਖੁਦਾ ਦਾ ਚਲਾਈਆ ਗਾਡ ਗਿਫਟਡ ਜਿੰਨੂੰ ਕਹਨੇ ਆਪਾ ਔਰ ਅਲਹੰਦੁਲਿਲਾ ਇੱਕ ਟੈਲੈਂਟ ਆ ਜੀ माशा जी अच्छा मैं दसो कि अ चैनल दे के थ्रू किसा कोई नवा कि नवी चीज़ ला के आ रहे हो सर मुख्तलिफ चीज़न थीमें करैक्टर है जिस तरह तुम आखसो उसी तरह कि नबी तु हेक्क नाज मिले है सहाबा कोलू एजाज़ मिले वाह नबी तु हेक्क नाज मिले आए, सहाबा को एजाज़ मिले है मैं क्यों न वारा जान अली तू इना सदके त दुनिया उ तोहफा सानू नमाज़ मिले ਮਾਸ਼ਾਅੱਲਾ ਗੁਲਾਮ ਯਾਸੀਨ ਸਾਹਿਬ ਜੀ ਜਿਹੜਾ ਹੈ ਇਬਤਦਾਈ ਪੰਜਤਨ ਪਾਕ ਦੇ ਖੂਬਸੂਰਤ ਨਾਦ ਨੂੰ ਕੀਤੀ ਹੈ ਤੇ ਕੋਈ ਇੱਕ ਨਾਦ ਗਿਆ ਸ਼ਾਇਰ ਜੀ ਮੋੜ ਇੱਕ ਪੇਸ਼ ਕਰੋ ਹਜ਼ੂਰ ਸੱਲਮ ਦੀ ਬਾਰਗਾਹ ਦੀ ਬismillah ਕਿ ਤਸੀਆਂ ਦੀ ਕੀਮਤ ਹੈ ਸਈਦ ਤੇ ਢੁਕਦੀ ਇੰਜ ਦੀ ਗੱਲ ਕੋਈ ਲੁਕਾਇਆ ਨਹੀਂ ਲੁਕਦੀ ਅਲੀ ਦਾ ਘਰਾਨਾ ਇਤਨਾ ਸਖੀ ਹੈ ਜੋ ਮੁਨਕਰ ਪਖਾਵੇਂ ਵਤ ਵੀ ਨਹੀਂ ਮੁਕਦੀ ਸੁਭਾਨ ਅੱਲਾਹ ਅੱਛਾ ਜੀ ਹੁਣ ਅਸਾਂ ਜੀ ਇੱਕ ਮਾਹੌਲ ਐਸਾ ਕ੍ਰੀਏਟ ਕੀਤਾ ਹੈ ਨਹਿਰ ਦੇ ਕਿਨਾਰੇ ਸਾਡੀ ਜਾਨੀ ਇੱਕ ਪੂਰਾ ਦੇਸੀ ਮਾਹੌਲ ਹੈ ਤੇ ਮਾਸ਼ਾਅੱਲਾ ਸ਼ਾਮ ਦਾ ਟਾਈਮ ਹੈ ਜੀ ਮਗਰਬ ਹੋ ਰਹੀ ਹੈ ਦੋ ਨਾਮਰ ਸ਼ਖਸੀਅਤ ਵੀ ਸਾਡੇ ਕੋਲ ਬੈਠੀਆਂ ਸਾਡੀ ਸੰਗਤ ਦੀ ਪਹਿਲੀ ਬੈਠਕ ਦੇ ਵਿੱਚ ਤੇ ਮਾਨ ਸਾਹਿਬ ਕੋਈ ਹੁਣ ਜਿਹੜੇ ਹੁਣ ਜ਼ਿਆਦਾ ਯੂਥ ਜਿਹੜੀ ਹੈ ਨਾ ਜੀ 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 ਉਹ ਪਸੰਦ ਕਰਦੀ ਹੈ ਕੋਈ ਰੋਮਾਂਟਿਕ ਆਪਣਾ ਕੋਈ ਜਿਹੜਾ ਹੈ ਉਹ ਪੇਸ਼ ਕਰੋ ਜੀ ਬਿਸਮਿਲ੍ਲਾ ਸਭ ਤੋਂ ਪਹਿਲੇ ਮੁਆਸ਼ਿਦੇ ਕਾਸੀ ਦੇ ਦੋ ਹਵਾਲੇ ਨਾਲ ਦੋ ਦੋੜੇ ਕਿ ਆਪੋ ਆਪ ਮੁਹਾੜ ਹੈ ਪੀੜੀਆਂ ਦਾ ਕਿਵੇਂ ਕਹਿਣੂ ਕਰੀਏ ਇਕੱਠਾ ਇੱਥੇ ਯਾਸੀਨ نسلਾਂ ਵਿਗੜ ਗਈਆਂ ਇੰਜ ਮਾਨ ਜਹਾਨ ਟੁੱਟਾ ਔਰ ਅਜ ਦੌਰ ਹੈ ਟੱਚ ਮੋਬਾਈਲਾਂ ਦਾ ਜਿੰਨਾ ਆਨ ਬਹਾਇਆ ਬੱਠਾ ਪਿਓ ਤੰਗੇ ਬੈਸਟ ਦੀ ਸਿਗਰਟ ਤੂੰ ਪੁੱਤ ਪਾ ਕੇ ਟਰਦਨ ਲੱਠਾ ਵਾਹ ਵਾਹ ਜੀ ਵਾਹ ਸਾਡੀ ਸੰਗਤ ਨੂੰ ਜੀ ਚਾਰ ਚੰਦ ਮਾਰ ਸਾਹਿਬ ਲਾਈ ਬੈਠੇ ਮਾਸ਼ਾਅੱਲਾ ਬਹੁਤ ਟੈਲੈਂਟਡ ਨੇ ਜੀ ਔਰ ਹਕੀਕਤ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇੱਕ ਇਤਨਾ ਮਤਲਬ ਇੱਕ ਟੈਲੈਂਟਡ ਨੌਜਵਾਨ ਯੰਗ ਔਰ ਅਸਾਂ ਉਹਦਾ ਜਿਹੜਾ ਹੈ ਉਹਨੂੰ ਪ੍ਰਮੋਟ ਕਰ ਰਹੇ ਹਾਂ ਅਸਾਂ ਮਾਰ ਸਾਹਿਬ ਕੁਝ ਬੰਦੇ ਜੀ ਬੜੇ ਦੁਖੀ ਹੁੰਦੇ ਨੇ ਜੀ 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 ਤੇ ਜ਼ਿਆਦਾ ਜਿਹੜੀ ਆਪਣੀ ਇਹ ਮਤਲਬ ਹੈ ਸ਼ਾਇਰੀ ਉਹ ਜ਼ਿਆਦਾ ਦੋੜੇ ਮਾ ਇਹ ਦੁਖੀ ਜ਼ਿਆਦਾ ਹੁੰਦੇ ਨੇ ਜੀ ਜੀ ਤੇ ਕੁਝ ਇਹ ਹੀ ਮਜਮੂਆ ਪੇਸ਼ ਕਰੋ ਵੇਖੋ ਨਾ ਕਿ ਤੂੰ ਆਪ ਆ ਢਾਣਾ ਪੈਰਾਂ ਤੇ ਮੈਂ ਕਦਨ ਕੋਈ ਆਖਣਾ ਹੈ ਰਸ ਲੈ ਵਾਹ ਵਾਹ ਜੀ ਤੂੰ ਆਪ ਆ ਢਾਣਾ ਪੈਰਾਂ ਤੇ ਮੈਂ ਕਦਨ ਕੋਈ ਆਖਣਾ ਹੈ ਰਸ ਲੈ ਮੇਰੇ ਚਾਰ ਸ਼ਰੀਕ ਕੋਲ ਬਹਾ ਯਾਦੂਰ ਖਲੋ ਕੇ ਹਸ ਲਾ ਤੇ ਤੈਨੂੰ ਯਾਦ ਗਰੀਬ ਜ਼ਰੂਰ ਆਸੇ ਵਦ ਬਖਤ ਪਰਾਈ ਦੀ ਚਸ ਲਾ ਜੇ ਮੇਰੇ ਸਟਿਆਂ ਯਾਸੀਨ ਵਸ ਸਕਣਾ ਆਓ ਸ਼ਾਰ ਪਈ ਜਾ ਵਾ ਜੀ ਵਾ ਯਾਸੀਨ ਭਾਈ ਬਹੁਤ ਅੱਛੇ ਕਿਵੇਂ ਮੁਰਕੀਵੇਂ ਵਸਦੇ ਅੱਛਾ ਯਾਸੀਨ ਭਾਈ ਜੀ ਜੀ ਅੱਜ ਕੱਲ ਜਿਹੜਾ ਮਤਲਬ ਰੂਟੀਨ ਚੱਲ ਰਹੀ ਏ ਉਹਦੇ ਵਿੱਚ ਇੱਕ ਤਾਂ ਅਸਮਾਰ ਸਾਹਿਬ ਅੱਜ ਕੱਲ ਦੇ ਮਾਸ਼ਰੀ ਦੀ ਕੋਈ ਅਕਾਸੀ ਕਰੋਸ ਆਪਣੇ ਸ਼ਾਇਰੀ ਵਾਲੇ ਨਾਲ ਜੀ ਜੀ atheek ਭਾਈ ਚੌਰੀ ਸਾਹਿਬ ਕੇ ਬੰਦੇ ਅਗਲੇ ਸੰਗਤ ਦੇ ਕਾਬਿਲ ਹਨ ਮੋਲ ਹੁੰਦਾ ਪਉਂਦਾ ਹੀ ਕੋਈ ਨਹੀਂ ਵਾਹ ਔਰ ਇੱਥੇ ਕਹਿੰਦੇ ਆ ਯਾਸੀਨ ਦੁੱਖਾਂ ਤੇ ਟਿੱਟੂ ਸਿੱਖਦਾ ਰੋਂਦਾ ਹੀ ਕੋਈ ਨਹੀਂ ਔਰ ਅਜ ਬੰਗਲੇ ਸਿਦਕ ਦੇ ਚੋਪ ਆਉਂਦੇ ਕੋਠਾਕੂੜ ਦਾ ਚੁੰਦਾ ਹੀ ਕੋਈ ਨਹੀਂ ਰਜ ਖਾਂਦੇ ਆ ਮਗਰ ਕਤਾਰਾਂ ਹਨ ਭੁੱਖੇ ਕੋਲ ਖਲੋਂਦਾ ਹੀ ਕੋਈ ਵਾਹ ਵਾਹ ਅਤਿਖ ਭਾਈ ਕੇ ਮੇਰੀ ਗਲਤੀ ਦਿਲ تسلیم ਨਾ ਕਰ ਖੋਟੀ ਕਿਸਮਤ ਹਾ ਬੇਚਾਰੀ ਐਵੇਂ ਨਿਭ ਗਈ ਉਮਰ ਉਡੀਕਾਂ ਵਿੱਚ ਡਿੱਠੇ ਸੁੱਖ ਨਹੀਂ ਜ਼ਿੰਦਗੀ ਸਾਰੀ ਇਕ ਹਾਂ ਤੇ ਭਾਰ ਜੁਦਾਈਆਂ ਦਾ ਉਤੋਂ ਗੁਰਬਤ ਮਤ ਚਾ ਮਾਰੀ ਆਧਰਾਤ ਵਿਖਾਲੇ ਸਜਨਾ ਦੇ ਯਾਸੀਨ ਦੇ ਗਾਨ ਖੁਆਰੀ ਵਾ ਯਾਸੀਨ ਭਾਈ ਵਾ ਯਾਸੀਨ ਭਾਈ ਜਿਹੜਾ ਨਾ ਸਾਡੀ ਇੱਕ ਹਸੀਨ ਸਾਹਿਬ ਨੂੰ ਮਜੀਦ ਹਸੀਨ ਕਾਰ ਛੋੜਿਆ ਤੇ ਜਿਹੜਾ ਸਾਡੀ ਸੰਗਤ ਦਾ ਪਹਿਲਾ ਸੈਗਮੈਂਟ ਆਇਆ ਨਾ ਜੀ ਉਹਨੂੰ ਚਾਰ ਚਾਦ ਲਗਾ ਦਿੱਤੇ ਸਾਡੇ ਡਾਇਰੈਕਟਰ ਸਾਹਿਬ ਇਸ ਬਾਰੇ ਕੀ ਅਨਸਰ ਇਹ ਦੱਸਿਆ ਹੈ ਕਿ ਸਾਡੀ ਯਾਸੀਨ ਭਾਈ ਦੀ ਸ਼ਾਇਰੀ ਕਿੰਨੀ ਅਟਰੈਕਟਿਵ ਹੈ ਔਰ ਤੁਹਾਨੂੰ ਪਸੰਦ ਆ ਰਹੀ ਹੈ ਨਾ ਮੈਂ ਤਾਂ ਬਹੁਤ ਜ਼ਿਆਦਾ ਪਸੰਦ ਆ ਗਈ ਵਿੱਚ ਅਤੀਕ ਸਾਹਿਬ ਇਹ ਸ਼ਾਇਰੀ ਸਾਨੂੰ ਤੇ ਪਸੰਦ ਆ ਰਹੀ ਅਸੀਂ ਤੇ ਸੁਣ ਰਹੇ ਆ ਅਸੀਂ ਔਰ ਸਮਝ ਵੀ ਰਹੇ ਆ ਇਹਦਾ ਮਤਲਬ ਮਜ਼ੀਦ ਫੈਸਲਾ ਜਿਹੜਾ ਨਾਜ਼ਰਿਨ ਕਰਨਗੇ ਉਹ ਕਮੈਂਟਸ ਕਰਨਗੇ ਔਰ ਇਹ ਤੋਂ ਮਤਲਬ ਸਾਨੂੰ ਆਪਣੇ ਖਿਆਲਤ ਦਾ ਜ਼ਹਾਰ ਕਰਨਗੇ ਉਸ ਤੋਂ ਬਾਅਦ ਅਗਰ ਉਹਨਾਂ ਚ ਵੀ ਕੋਈ ਟੈਲੈਂਟ ਹੈ ਸਾਡੀ ਸੰਗਤ ਪ੍ਰੋਗਰਾਮ ਤੇ ਸ਼ਾਮਲ ਹੋਣਾ ਚਾਹੁੰਦੇ ਨੇ ਕਾਲ ਕਰ ਮੈਸੇਜ ਕਰਨ ਜਿਸ ਤਰ੍ਹਾਂ ਵੀ ਉਹ ਹੋਣਾ ਚਾਹੁੰਦੇ ਅਸੀਂ ਇਸ ਤੋਂ ਵੀ ਅੱਛਾ ਪ੍ਰੋਗਰਾਮ ਬਣਾਵਾਂਗੇ ਮਤਲਬ ਇਹ ਸੰਗਤ ਨੂੰ ਹਾਂਜੀ ਅੱਛਾ ਪ੍ਰੋਗਰਾਮ ਮਤਲਬ ਬਣਾਵਾਂਗੇ ਹਾਂ ਇਹਨੂੰ مزید ਇੱਕ ਬਿਹਤਰ ਪ੍ਰੋਗਰਾਮ ਬਣੇਗਾ ਥੈਂਕ ਯੂ ਸੋ ਮੱਚ ਸਰ ਅੱਛਾ ਯਾਸੀਨ ਭਾਈ ਅੱਜਕੱਲ ਜਿਹੜੀ ਮਹਿੰਗਾਈ ਹੈ ਮਤਲਬ ਇਸ ਬਾਰੇ ਸੀ ਕੋਈ ਕਹਿ ਲੀਏ ਸੋਚੇ ਹੋਏ ਭਈ ਅੱਜ ਇਸ ਤੇ ਕੋਈ ਸ਼ਾਇਰ ਬਣਾ ਦੇ ਵੀ ਜੀ 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 ਬਿਲਕੁਲ ਸੋਚਿਆ ਹੈ ਜੀ ਥੋੜਾ ਜਿਹਾ ਸੋਚਿਆ ਹੈ ਕਿ ਰੱਬ ਦਾ ਜੀਵੇਂ ਕਰਮ ਵੀ ਕੋਈ ਨਹੀਂ ਸਖਤ ਦਿਲ ਨਰਮ ਵੀ ਕੋਈ ਨਹੀਂ ਬਾਲ ਭੁਖੇ ਗਵਾਡ ਸਾਂਗੇ ਕਈ ਨੂੰ ਆਇਆ ਸ਼ਰਮ ਵੀ ਕੋਈ ਨਹੀਂ ਵਾਹ ਜੀ ਵਾਹ ਬੜੀ ਇੱਕ ਮਾਸਰੇ ਦੀ ਜਿਹੜਾ ਨਾ ਬਿਹਤਰੀਨ ਨਕਾਸ਼ੀ ਕੀਤੀ ਹੈ غلام ਯਾਸੀਨ ਭਾਈ ਮਾਸ਼ਾ ਅੱਲਾ ਯਾਸੀਨ ਭਾਈ ਮਹਿੰਗਾਈ ਦੇ ਵੀ ਸਾਨੂੰ ਸ਼ੇਰ ਸੁਣਾਇਆ ਸਾਨੂੰ ਆਪਣਾ ਜਿਹੜਾ ਨਾ ਫੇਵਰੇਟ ਜਿਹੜਾ ਮجموعਾ ਤੁਹਾਡੇ ਕੋਲੇ ਉਸ ਕਲੈਕਸ਼ਨ ਦਾ ਜਿਹੜਾ ਨਾ ਪੇਸ਼ ਕਰੋ ਲਾਜ਼ਮੀ ਜੀ ਥੈਂਕ ਯੂ ਭਾਈ ਕਿ ਚਲੋ ਕੋਲ ਨਾ ਸਹੀ ਤੇ ਵਾਢਾ ਸਹੀ ਆਖਾਈ ਤਾਈ ਫੇਰੀ ਕਾਈ ਨਹੀਂ ਵਾਹ ਜਿੱਥੇ ਪਿਆਰ ਨਾ ਹੋਵੇ ਗਰਜ਼ਾ ਹੋਵੇਂ ਉਹ ਸੰਗਤ ਦੀ ਢੇਰੀ ਕਾਈ ਨਹੀਂ ਔਰ ਬੰਦੇ ਬੰਦੇ ਦੇ ਸਾਹਮਣੇ ਫੋਡ ਬਾਣਾ ਇਹ ਆਦਤ ਮੇਰੀ ਕਾਹੀ ਨਹੀਂ ਚੰਗੇ ਸੱਜਣ ਦੇ ਨਾਲ ਵੰਜਾ ਲੈਣੀ ਯਾਸੀਨ ਦਲੇਰੀ ਕਾਹੀ ਨਹੀਂ ਵਾਹ ਵਾਹ ਜੀ ਔਰ ਸਾਡਾ ਦਰਦਾਂ ਨਾਲ ਮناسبਾ ਸਹੀ ਸੁਖੀ ਲਗਦੇ ਆ ਵਿੱਚ ਪਏ ਵਸੋ ਅਸਾਂ ਇੱਕ ਤੋਂ ਦੋਈ ਨਹੀਂ ਗੱਲ ਕਰਦੇ ਭਾਵੇਂ ਨਾਲ ਰਕੀਬ ਦੇ ਰਸੋ ਔਰ ਟੁਰਵਰ ਤੇ ਫਰਸ਼ ਦਾ ਚਾਨ ਬਣ ਕੇ ਜਾਂ ਚੜ ਅਸਮਾਨ ਤੇ ਹੱਸੋ ਯਾਸੀਨ ਤਿਆਰੇ ਕੁਸਨ ਨੂੰ ਹੈ ਸਾਡੀ ਲੋੜ ਤਾ ਦੱਸੋ ਵਾਹ ਯਾਸੀਨ ਭਾਈ ਵਾਹ ਅਤੀਕ ਭਾਈ ਕਿ ਕਧਾਂ ਸਿੱਖਦੀਆਂ ਆਖਿਰ ਭੋਰ ਭੋਰ ਗਈਆਂ ਕੋਠਾ ਪਿਆਰ ਦਾ ਥੋਏ ਨਾਲ ਲਿੱਤਾ ਮੇਰੇ ਵੇਖ ਕੇ ਹਰ ਗਏ ਆ ਬਖਤਾਨੂ ਆਜ ਵਤਨਾ ਸਜੋ ਜਿੱਤਾ ਔਰ ਅਫਸੋਸ ਮੈਂ ਮਨ ਜ਼ਰਦਾਸ ਨਹੀਂ ਸਕਦਾ ਮੈਥੇ ਜਿਹੜਾ ਜਿਹੜਾ ਵਖਤ ਤੇ ਬਿਤਾ ਕੋਈ ਥਾਂਤਾ ਦੱਸ ਜਿੱਥੇ ਬਗੈਰ ਤੁਹਾਡੇ ਯਾਸੀਨ ਮੈਂ ਸਿਰ ਨਹੀਂ ਦਿੱਤਾ ਵਾਹ ਵਾਹ ਸਾਡੀ ਸੰਗਤ ਨੂੰ ਜੀ ਚਾਰ ਚਾਂਦ ਲਗਾ ਦਿੱਤ ਯਾਸੀਨ ਭਾਈ ਯਾਸੀਨ ਭਾਈ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਆਪਣਾ ਕੀਮਤੀ ਟਾਈਮ ਦਿੱਤਾ ਹੈ ਤੇ ਸਾਡੇ ਅਸਾਂ ਮਜ਼ੀਦ ਹੀ ਤੁਹਾਨੂੰ ਆਪਣੇ ਸੈਗਮੈਂਟ ਵਿੱਚ ਇਨਵਾਈਟ ਕਰਸਾਂ ਹਾਂ ਔਰ ਇਨਸ਼ਾਅੱਲਾ ਜਿਹੜਾ ਅਸਾਂ ਇਸ ਸੈਗਮੈਂਟ ਨੂੰ ਤੁਹਾਡੇ ਨਾਲ ਇਹ ਗੱਲ ਲੈ ਕੇ ਬਸਾਂ ਹਾਂ ਜੀ ਜੀ ਨਾਜ਼ਰੀਨ ਅੱਜ ਦੀ ਸੰਗਤ ਦੀ ਪਹਿਲੀ ਬੈਠਕ ਮਾਸ਼ਾਅੱਲਾ ਬੜੀ ਬਿਹਤਰੀਨ ਹੋਈ ਹੈ ਸਾਡੇ ਭਾਈ ਗੁਲਾਮ ਯਾਸੀਨ ਹਰਾਜ ਸਾਹਿਬ ਨਾਲ ਇਨਸ਼ਾਅੱਲਾ ਅਸਾਂ ਇਹ ਸਿਲਸਿਲਾ ਅਗਾ ਜਾਰੀ ਰੱਖਸਾਂ ਹਾਂ ਤੁਸਾਂ ਸਾਡੇ ਚੈਨਲ ਨਾਲ ਕੰਟੈਕਟ ਪੇਸ ਨਮਣਾ ਤੇ ਅਸਾਂ ਇਨਸ਼ਾਅੱਲਾ ਮਜ਼ੀਦ ਵੀਡੀਓਜ਼ ਸੰਗਤ ਦੇ ਹਵਾਲੇ ਨਾਲ ਤੁਹਾਨੂੰ ਪੇਸ਼ ਕਰਸਾਂ ਇਜਾਜ਼ਤ ਦਿਓ ਅਗਲੀ ਵੀਡੀਓ ਦੇ ਵਿੱਚ ਇਨਸ਼ਾਅੱਲਾ ਮਿਲਨੇ ਆ ਜੀ